ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਗਵਾੜਾ ਦੇ ਮੁਹੱਲਾ ਪਲਾਹੀ ਗੇਟ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਨਾ ਮਿਲਣ ਦੇ ਚਲਦਿਆਂ ਕਾਰਡ ਧਾਰਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਹੱਲੇ ਦੀਆਂ ਮਹਿਲਾਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਦੇ ਨੀਲੇ ਕਾਰਡ ਕੱਢ ਦਿੱਤੇ ਗਏ ਹਨ, ਜਿਸ ਕਾਰਨ ਉਹਨਾਂ ਨੂੰ ਕਣਕ ਨਹੀਂ ਮਿਲ ਰਹੀ। ਇਸ ਮੌਕੇ ਹਰਭਜਨ ਸੁਮਨ ਨੇ ਕਿਹਾ ਕਿ ਗਰੀਬ ਲੋਕਾਂ ਦੇ ਕਾਰਡ ਕੱਟਣਾ ਬੜੀ ਹੀ ਨਿੰਦਣਯੋਗ ਗੱਲ ਹੈ, ਜਦਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਜੋ ਗਰੀਬ ਵਰਗ ਦੇ ਜੋ ਲੋਕ ਘਰਾਂ ਵਿੱਚ ਬੈਠੇ ਹਨ ਉਹਨਾਂ ਨੂੰ ਵੈਸੇ ਹੀ ਕਣਕ ਮੁਹੱਈਆ ਕਰਵਾਈ ਜਾਵੇ। ਸਾਡੇ ਐਤਕੀ ਦਾਣੇ ਕੱਟ ਮਾਰੇ, ਸਾਨੂੰ ਦਾਣੇ ਜ਼ਰੂਰੀ ਚਾਹੀਦੇ ਆ। ਇੱਕ ਕਮਾਉਣ ਵਾਲਾ ਆ, ਅਸੀਂ ਚਾਰ ਜੀ ਖਾਣ ਵਾਲੇ ਆ, ਮੁੰਡਾ ਵੀ ਨਿਆਣਾ ਹਜੇ, ਬਸ ਸਾਨੂੰ ਦਾਣੇ ਚਾਹੀਦੇ ਆ। ਨਹੀਂ ਹੁਣ ਐਤਕੀ ਕੱਟ ਮਾਰੇ ਜੀ, ਅੱਗੇ ਮਿਲਦੇ ਸੀ, ਹੁਣ ਸਾਲ ਹੋ ਗਿਆ ਮਿਲੇ ਨਹੀਂ, ਕਹਿੰਦੇ ਤੁਹਾਡਾ ਨਾ ਹੀ ਹੈ ਨਹੀਂ, ਸਾਨੂੰ ਦਾਣੇ ਜ਼ਰੂਰੀ ਚਾਹੀਦੇ ਆ। ਇਹ ਸਮੱਸਿਆ ਇਕੱਲੀ ਪਲਾਈ ਗੇਟ ਦੀ ਨਹੀਂ, ਇਹ ਹਰ ਉਹ ਫਗਵਾੜੇ ਦੇ ਗਰੀਬ ਵਾਸੀ ਦੀ ਸਮੱਸਿਆ ਹੈ ਜਿਹਦੇ ਨੀਲੇ ਕਾਰਡ ਕੱਟੇ ਗਏ ਆ। ਅੱਜ ਦਾ ਜੋ ਦੌਰ ਚੱਲ ਰਿਹਾ, ਹੋਣਾ ਤਾਂ ਇਹ ਚਾਹੀਦਾ ਸੀ, ਚਾਹੇ ਉਹਦਾ ਨੀਲਾ ਕਾਰਡ ਬਣਿਆ ਚਾਹੇ ਨਹੀਂ ਬਣਿਆ, ਉਹ ਗਰੀਬ ਬੰਦਾ ਉਹਦੇ ਘਰ ਦਾਣੇ ਪਹੁੰਚਣੇ ਚਾਹੀਦੇ ਸੀ। ਮਗਰ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਸੀ, ਸਾਲਾਂ ਤੋਂ ਦਾਣੇ ਲੈ ਰਹੇ ਸੀ, ਇੱਦਾਂ ਦੇ ਮਾਹੌਲ ਦੇ ਵਿੱਚ ਉਹਨਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਆ, ਜਿਹਦਾ ਅਸੀਂ ਪੁਰਜ਼ੋਰ ਨਿੰਦਿਆ ਕਰਦੇ ਹਾਂ। ਕਿਉਂਕਿ ਗਰੀਬ ਦੇ ਘਰ ਦਾਣੇ ਹੋਣਗੇ, ਇਹ ਕਰਫਿਊ ਭਾਵੇਂ ਹੋਰ ਅੱਗੇ ਵਧਾ ਲਓ, ਜੇ ਗਰੀਬ ਦੇ ਘਰ ਦਾਣੇ ਨਹੀਂ, ਇਹਨਾਂ ਲਈ ਇੱਕ ਹਫ਼ਤੇ ਦਾ ਕਰਫਿਊ ਵੀ ਬਹੁਤ ਮਾੜਾ ਹੈ। ਮੇਰੀ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਹੈ ਕਿ ਇਕੱਲੇ ਸਾਡੇ ਪਲਾਈ ਗੇਟ ਨਹੀਂ, ਫਗਵਾੜੇ ਦੇ ਹਰ ਉਸ ਮੁਹੱਲੇ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਵੇ, ਉਸ ਘਰ ਦੇ ਵਿੱਚ ਦਾਣੇ ਪਹੁੰਚਾਏ ਜਾਣ ਜਿਹਦਾ ਨੀਲਾ ਕਾਰਡ ਬਣਿਆ, ਔਰ ਜਿਹੜਾ ਜ਼ਰੂਰਤਮੰਦ ਹੈ ਉਸ ਨੂੰ ਵੀ ਪਹੁੰਚਾਇਆ ਜਾਵੇ। ਉੱਧਰ ਇਸ ਸਮੱਸਿਆ ਨੂੰ ਲੈ ਕੇ ਜਦੋਂ ਵਿਧਿਕ ਡਿਪਟੀ ਕਮਿਸ਼ਨਰ ਅਜੀਤ ਵਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਿਸੇ ਦੇ ਵੀ ਕਾਰਡ ਨਹੀਂ ਕੱਟੇ ਗਏ ਹਨ, ਅਤੇ ਜੇ ਕੋਈ ਕਾਰਡ ਕੱਟੇ ਵੀ ਗਏ ਹੋਣਗੇ ਉਹ ਉਹਨਾਂ ਦੇ ਧਿਆਨ ਵਿੱਚ ਨਹੀਂ ਹਨ। ਕੋਈ ਅਸੀਂ ਨਹੀਂ ਜੀ, ਲੋਕ ਅਫਵਾਹ ਜੋ ਮਰਜ਼ੀ ਫੈਲਾ ਲੈਣ, ਸਾਡੇ ਕਿਹੜੇ ਬੀ ਪੀ ਐਲ ਸਕੀਮ ਦੇ ਵਿੱਚ ਜਿੰਨੇ ਵੀ ਪਰਿਵਾਰ ਫੈਮਿਲੀ ਆਉਂਦੀਆਂ ਉਹ ਸਭ ਨੂੰ ਜੋ ਗੌਰਮੈਂਟ ਦੀ ਡਾਇਰੈਕਸ਼ਨ ਆ 2 ਰੁਪਏ ਕਿਲੋ ਕਣਕ ਮੁਤਾਬਕ ਉਹ ਮਿਲ ਰਹੀ ਹੈ। 80% ਸਾਡੀ ਕਣਕ ਮੰਡੀ ਵੀ ਜਾ ਚੁੱਕੀ ਹੈ, 20% ਹੈ ਡੀ ਐਫ ਐਸ ਓ ਸਾਹਿਬ ਬੈਠੇ ਨੇ, ਉਹ ਵੀ ਅਸੀਂ 1-2 ਦਿਨ ਚ ਉਹ ਵੀ ਵੰਡਦੇ ਹਾਂ। ਬਹੁਤ ਲੋਕਾਂ ਦੀ ਇਹੀ ਸ਼ਿਕਾਇਤ ਆ ਬਈ ਸਾਨੂੰ ਕਣਕ ਵਾਕਈ ਨਹੀਂ ਮਿਲਦੀ, ਕੋਈ ਅਸੀਂ ਕੋਈ ਨਾ ਹੀ ਮੇਰੇ ਧਿਆਨ ਚਾਹੀਏ, ਕੋਈ ਅਸੀਂ ਕੋਈ ਹੈ ਵੀ ਨਹੀਂ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।